टोल प्लाजिया नू लेके आई वड्डी खबर। लोकां दे चेहरे क्यों हो रहे ने मायूस। लोग तो पहला ही टोल प्लाजिया तो ने परेशान। 31 मार्च तो बाद आ सकता है टोल प्लाजिया नू लेके एक बहुत बड़ा फैसला। सत श्री अकाल, मैं सोम सहोता, तो तुसी वेख रहे हो एवन पंजाबी टीवी। दोस्तों, जे टोल प्लाजिया दे जाल दी गल करिए, जिहड़ा जाल विछिया होया है, लोग बहुत परेशान। फजूल दा खर्चा देना पैंदा है। लोग तो यही कहंदे ने कि टोल प्लाजे वाले जिहड़े कई बार ज्यादतियां भी कर जांदे, लेकिन सवाल यह है कि आने वाले समय दे विच टोल प्लाजे तो जो खबर आ रही है कि 31 मार्च तो बाद 1 अप्रैल तो मतलब 5 तो 10 रुपए जिहड़ा महंगा है वो टोल प्लाजा हो सकता है। मतलब 31 मार्च तो बाद 1 अप्रैल तो मतलब जिहड़ा हुण टोल प्लाजा होएगा ਉਹਦੇ ਵਿੱਚ 5 ਤੋਂ 10 ਰੁਪਏ ਦੀ ਜਿਹੜੀ ਹੈ ਮਤਲਬ ਕਹਿ ਸਕਦੇ ਆ ਕਿ ਵਾਧਾ ਜਿਹੜਾ ਉਹ ਹੋ ਸਕਦਾ ਹੈ। ਔਰ ਜਦੋਂ ਇਹ ਖਬਰ ਆਈ ਤਾਂ ਲੋਕਾਂ ਦੇ ਵਿੱਚ ਜਿਹੜੀ ਮਾਯੂਸੀ ਸੀ ਉਹ ਸ਼ਰੇਆਮ ਨਜ਼ਰ ਆਉਣ ਲੱਗ ਪਈ। ਤੁਸੀਂ ਦੇਖੋ ਕਿ ਟੋਲ ਪਲਾਜੇ ਆਪਣੀ ਕਈ ਵਾਰ ਮਨਮਰਜ਼ੀ ਕਰਦੇ ਨੇ, ਔਰ ਟੋਲ ਪਲਾਜੇ ਦਾ ਮਤਲਬ ਹੁੰਦਾ ਤੁਹਾਨੂੰ ਹਰ ਤਰ੍ਹਾਂ ਦੀ ਜਿਹੜੀ ਸੁਵਿਧਾ ਹੈ ਉਹ ਮਿਲੇ। ਹਾਲਾਂਕਿ ਭਗਵੰਤ ਸਿੰਘ ਮਾਨ ਨੇ ਕੁਛ ਇੱਕ ਟੋਲ ਪਲਾਜੇ ਜਿਨ੍ਹਾਂ ਦੀ ਕਹਿ ਸਕਦੇ ਤਾਰੀਖ ਖਤਮ ਹੋ ਗਈ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਪੱਕੇ ਤੌਰ ਤੇ ਜਿਹੜਾ ਬੰਦ ਕਰ ਦਿੱਤਾ ਹੈ। ਔਰ ਆਪਣੇ ਹਮੇਸ਼ਾ ਤਕਰੀਰ ਦੇ ਵਿੱਚ ਉਹ ਪਿਛਲੀਆਂ ਸਰਕਾਰਾਂ ਦੇ ਉੱਪਰ ਦੋਸ਼ ਲਗਾਉਂਦੇ ਨੇ ਕਿ ਜਿਹੜੇ ਟੋਲ ਪਲਾਜੇ ਮਤਲਬ 10-10 ਸਾਲ ਪਹਿਲਾਂ ਬੰਦ ਹੋ ਜਾਣੇ ਚਾਹੀਦੇ ਸੀ, ਇਹਨਾਂ ਲੋਕਾਂ ਨੇ ਬੰਦ ਨਹੀਂ ਹੋਣ ਦਿੱਤੇ, ਕਿਉਂਕਿ ਇਹਨਾਂ ਦਿਨਾਂ ਵਿੱਚ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਲੋਕ ਜਿਹੜੇ ਨੇ ਉਹ ਟੋਲ ਪਲਾਜਿਆਂ ਦੇ ਰੇਟ ਨੂੰ ਲੈ ਕੇ ਪਹਿਲਾਂ ਹੀ ਬਹੁਤ ਜ਼ਿਆਦਾ ਮਤਲਬ ਪਰੇਸ਼ਾਨ ਨੇ। ਹੁਣ ਇਹ ਖਬਰ ਜਿਹੜੀ ਹੈ ਉਹ ਇਹ ਹੀ ਖਬਰ ਆ ਰਹੀ ਹੈ ਔਰ 31 ਮਾਰਚ ਤੋਂ ਬਾਅਦ ਯਾਨੀ ਕਿ 1 ਅਪ੍ਰੈਲ ਤੋਂ ਜਿਹੜੇ 5 ਤੋਂ 10 ਰੁਪਏ ਟੋਲ ਪਲਾਜੇ ਉਹਨਾਂ ਵਿੱਚ ਮਤਲਬ ਵਧਾ ਸਕਦੇ ਨੇ ਔਰ 5 ਤੋਂ 10 ਰੁਪਏ ਦਾ ਵਾਧਾ ਹੋ ਸਕਦਾ ਹੈ। ਔਰ ਜਦੋਂ ਇਹ ਖਬਰ ਆਈ ਤਾਂ ਲੋਕ ਜਿਹੜੇ ਨੇ ਉਹ ਟੈਲੀਫੋਨ ਦੇ ਜ਼ਰੀਏ ਮੈਸੇਜ ਦੇ ਜ਼ਰੀਏ ਇਸ ਤਰ੍ਹਾਂ ਦੀਆਂ ਗੱਲਾਂ ਪੁੱਛਣ ਲੱਗ ਪਏ ਕਿ ਕੀ ਕਾਰਨ ਹੈ, ਇਹੋ ਜਿਹਾ ਕੀ ਹੋ ਗਿਆ ਕਿ ਵਧਾਉਣ ਦੀ ਗੱਲਬਾਤ ਚੱਲ ਰਹੀ ਹੈ। ਖੈਰ, ਇਸ ਤਰ੍ਹਾਂ ਦੀਆਂ ਖਬਰਾਂ ਵਾਇਰਲ ਹੋ ਰਹੀਆਂ ਨੇ, ਕੀ ਸੱਚਾਈ ਹੈ ਇਹ ਸਾਰਾ ਕੁਛ ਜਦੋਂ ਮਤਲਬ ਸਰਕਾਰ ਦੇ ਵੱਲੋਂ ਟਰਾਂਸਪੋਰਟ ਮੰਤਰੀ ਦੀ ਕੋਈ ਬਾਈਕ ਨਹੀਂ ਆਉਂਦੀ ਔਰ ਸ਼ਾਇਦ ਉਸ ਤੋਂ ਪਹਿਲਾਂ ਜਿਹੜਾ ਸਿਰਫ ਤਾਂ ਸਿਰਫ ਇੱਕ ਅੰਦਾਜ਼ਾ ਹੈ। ਸਤਿ ਸ਼੍ਰੀ ਅਕਾਲ।